हाँ जी, अज आप गल करांगे भी आप हर रोज़ आने इतने, ठीक है, हर रोज़ टाइम कढ़ते हैं 1 घंटा, घरदे नूं पता लगता भी असी मेहनत करने वास्ते गए हैं। तो जे इत्थे आ के आप मन ला के मेहनत नहीं करते तो फिर आपां कोई रिजल्ट नहीं मिलता, भावें असी साल आई जाइए, भला दी 2 साल गेड़ा कढ़ के मुड़ जाइए, फिर जो असी आ ही गए इतने मन ला के मेहनत करिया करिए, जिवें कि सारे जने तुसीं मेहनत वधिया करते हैं ना, मन ला के करते हैं, पर कदे कदे लगता हुंदा भी विच रौला जिहा पैण लग जांदा, वो चीज़ नहीं होनी चाहिए। क्योंकि मैं हुण मेरा 15-20 साल मैं इस लाइन 'च कढ़े आ, तो मैनू पता है भी इहदी वैल्यू की है। तुसीं वड्डे होणा सारिआं ने, कोई नौकरी ते लगेगा, कोई किसे काम ते लगेगा, ठीक है, हुण सुखा 42-43 साल दा होया, चलो इहदा आपदा घर दा काम है, वधिया फिट है, जिथे जदों टाइम आऊगा तुहाडा भी तुहाडे मजबूरियां वध जाणियां, काम धंदे वध जाणगे, खर्चे वध जाणगे, तां जे उस टाइम ते असीं फिट हां तंदरुस्त हां तां उह जिहड़ियां जिम्मेवारियां हुंदियां वो असी मजबूरियां बनदियां शरीर दियां जां वह सानू तंग करदियां उस टाइम पर, जे असी टाइम कढ़दे आ ग्राउंड वास्ते हर रोज़ असी ग्राउंड दे विच आउणे आ तां वह टाइम जिहड़ा असी संभालिया हुण टाइम है तुहाडे कोल, हुण तुसीं जिवें आपां हर रोज़ रोटी खांदे आ ना, कोई भुखा तां नहीं रहिंदा, मजबूरी है साडी जां आदत कह लो, तां उवें ही जे तुसीं असी जदों छोटे हुंदे सीगे, मेरे अज भी याद आउंदा भी जदों असी छोटे हुंदे सीगे तां असी इस ग्राउंड दे विच आउंदे हुंदे सीगे, ਤਾਂ ਕਈ ਵਾਰੀ ਉਸ ਟਾਈਮ 'ਤੇ ਇਹ ਰੁਝਾਨ ਸੀਗਾ ਇਸ ਗਰਾਊਂਡ ਦੇ ਵਿੱਚ ਵੀ ਐਕਸਰਸਾਈਜ਼ ਹੁੰਦੀ ਹੁੰਦੀ ਸੀਗੀ, ਉਹਨਾਂ ਨੂੰ ਦੇਖ ਕੇ ਵੱਡਿਆਂ ਨੂੰ ਆ ਜਾਣਾ ਰੂਟੀਨ 'ਚ, ਇੱਥੇ ਵਾਲੀਬਾਲ ਚੱਲਦਾ ਹੁੰਦਾ ਜੀ ਆਪਣੇ ਪਿੰਡ ਦੀ, ਬਹੁਤ ਤਗੜੀ ਟੀਮ ਹੁੰਦੀ ਉਸ ਟਾਈਮ 'ਤੇ, ਤੁਹਾਡੇ ਧਿਆਨ 'ਚ ਨਹੀਂ ਹੈਗੀ, ਬਹੁਤ ਹੀ ਵਧੀਆ ਟੀਮ ਸੀ ਟੌਪ ਦੀ ਵਾਲੀਬਾਲ ਦੀ ਆਪਣੀ ਦੀ, ਮਤਲਬ ਜਿਹਦਾ ਨਾਂ ਚੱਲਦਾ ਸੀ ਏਰੀਏ ਦੇ ਵਿੱਚ, ਇੱਥੋਂ ਦੇ ਆਪਣੇ ਗਰਨਾ ਵਰਗੇ ਕੁਲਵੰਤ ਹੁਣੀ ਵੱਡੇ ਜਿਹੜੇ ਰਿਸਪੈਕਟੇਬਲ ਆ ਬਰਜਿੰਦਰ ਸਰਪੰਚ ਕੇ, ਇਹ ਵਧੀਆ ਹੋਰ ਬਹੁਤ ਆਪਣੇ ਪਿੰਡ ਦੇ ਪਲੇਅਰ ਸੀ ਵਾਲੀਬਾਲ ਦੇ, ਮਤਲਬ ਕਿ ਟੌਪ ਦੀ ਟੀਮ ਸੀ, ਉਹ ਖੇਡਦੇ ਹੁੰਦੇ, ਇਹਨਾਂ ਨੂੰ ਵੇਖਣਾ ਇਹ ਤਾਂ ਕਬੱਡੀ ਖੇਡਣ ਹੀ ਆ ਗਏ, ਆਪਣੇ ਕੋਠਿਆਂ ਦਾ ਗੁਰਮੀਤ ਬੋਲਾ ਹੁੰਦਾ ਸੀਗਾ, ਸੇਵਕ ਹੁੰਦਾ ਸੀ, ਸੁਖਵੀਰ ਤਾਂ ਬਾਅਦ 'ਚ ਲੱਗਿਆ ਸਾਡੇ ਤੋਂ ਖੇਡਣ, ਉਦੋਂ ਪਹਿਲਾਂ ਹੋਰ ਵੀ ਪਲੇਅਰ ਹੁੰਦੇ ਸੀਗੇ, ਅਸੀਂ ਸਾਰਿਆਂ ਨੇ ਖੇਡਣਾ ਇੱਥੇ ਹੈ ਨਾ, ਗੁਰਮੀਤ ਵਰਗੇ ਹੁੰਦੇ ਸੀ ਉਧਰੋਂ, ਗੁਰਮੀਤ ਕੰਗ, ਤਾਂ ਇੱਥੇ ਵਧੀਆ ਮਿਹਨਤ ਲੱਗਦੀ ਸੀਗੀ 2-2 ਘੰਟੇ, ਤਾਂ ਉਹ ਆਦਤ ਬਣ ਗਈ ਅਤੇ ਹੁਣ ਤੱਕ ਚੱਲੀ ਜਾਂਦੀ ਆ। ਮੇਰੇ ਕਹਿਣ ਦਾ ਮਤਲਬ ਹੈ ਜੇ ਤੁਸੀਂ ਰੋਜ਼ ਰੂਟੀਨ 'ਚ ਆਉਣੇ ਆ ਤਾਂ ਮੋਬਾਈਲ ਫੋਨ ਨਾ ਚੱਕਿਆ ਕਰੋ, ਆ ਕੇ ਮਿਹਨਤ ਮਨ ਲਾ ਕੇ ਕਰਿਆ ਕਰੋ, ਕੋਈ ਰੌਲਾ ਨਾ ਪਾਇਆ ਕਰੋ, ਤੁਹਾਡੇ 'ਚ ਠੀਕ ਹੈ ਐਨਰਜੀ ਬਣਦੀ ਆ, ਆਹ ਉਮਰ ਹੁੰਦੀ ਆ ਐਨਰਜੀ ਬਣਦੀ ਆ, ਬਹੁਤ ਐਨਰਜੀ ਬਣਦੀ ਆ, ਪਰ ਜੇ ਤੁਸੀਂ ਇਹਨੂੰ ਚੰਗੇ ਪਾਸੇ ਲਾ ਲਓਗੇ ਨਾ, ਸਿਹਤ ਬਣਾਉਣ ਵਾਲੇ ਪਾਸੇ ਲਾ ਲਓਗੇ ਤਾਂ ਸਾਰੀ ਉਮਰ ਕੰਮ ਆਊਗੀ, ਜੇ ਇਹਨੂੰ ਅਸੀਂ ਭਕਾਈ ਮਾਰਨ ਵਾਲੇ ਪਾਸੇ ਲਾਵਾਂਗੇ ਤਾਂ ਉਹ ਐਨਰਜੀ ਭਕਾਈ ਵਾਲੇ ਪਾਸੇ ਚੱਲੀ ਜਾਂਦੀ ਆ, ਸਿਹਤ ਬਣਨ ਵਾਲੇ ਪਾਸੇ ਨਹੀਂ ਲੱਗਦੀ ਗੀ। ਆਪਾਂ ਹੁਣ ਸਾਰੇ ਆਏ ਹਾਂ ਨਾ, ਕਿਸੇ ਨੇ ਪ੍ਰੀ ਵਰਕਆਊਟ ਪੀਤਾ, ਮੈਨੂੰ ਲੱਗਦਾ ਵੀ ਸਾਰੇ ਚਾਹ ਪੀ ਗਏ ਹੋਣਗੇ ਵੱਧ ਤੋਂ ਵੱਧ, ਹੈ ਨਾ, ਚਾਹ ਵੀ ਨਹੀਂ ਪੀਤੀ ਹੋਣੀ ਕਈਆਂ ਨੇ, ਅਤੇ ਵਧੀਆ ਮਿਹਨਤ ਲਾਈ ਹੈ ਨਾ, ਫੁੱਲ ਐਨਰਜੀ ਸਾਰਿਆਂ 'ਚ, ਕੋਈ ਚੱਕਰ ਨਹੀਂ ਗਾ, ਇਹੀ ਹੈ ਜਦੋਂ ਮਨ ਬਣਾ ਲਿਆ ਤੁਸੀਂ ਕਿਸੇ ਵੀ ਕੰਮ ਦਾ, ਜਦੋਂ ਅਸੀਂ ਸੋਚ ਲੈਂਦੇ ਹਾਂ ਆਹੀ ਨੋਟ ਕਰਨ ਵਾਲੀ ਚੀਜ਼ ਹੈ, ਜਦੋਂ ਅਸੀਂ ਸੋਚ ਲੈਂਦੇ ਹਾਂ ਯਾਰ ਮੈਂ ਤਾਂ ਥੱਕ ਗਿਆ, ਮੇਰੇ ਤੋਂ ਆਹ ਕੰਮ ਨਹੀਂ ਹੋਣਾ ਹੈਗਾ, ਹੈ ਨਾ, ਤਾਂ ਮਨ ਦੇ ਵਿੱਚ ਜਦੋਂ ਚੀਜ਼ ਇਹ ਧਾਰ ਲਈ ਅਸੀਂ ਤੜਕੇ ਸਵੇਰੇ 5 ਵਜੇ ਮਨ 'ਚ ਇਹ ਸੋਚਿਆ ਨਹੀਂ ਯਾਰ ਕੀ ਕਰਾਂਗੇ ਜਾ ਕੇ, ਹੈ ਨਾ, ਤਾਂ ਉਹ ਚੀਜ਼ ਨੈਗੇਟਿਵ ਹੈ। ਹੁਣ ਚਾਹ ਤੋਂ ਬਿਨਾਂ ਵੀ ਤਾਂ ਅਸੀਂ ਤੁਰੇ ਫਿਰਦੇ ਹਾਂ, ਅਤੇ ਬਹੁਤ ਸਾਰੇ ਲੋਕ ਇਹੋ ਜਿਹੜੇ ਪ੍ਰੀ ਵਰਕਆਊਟ ਪੀਤੇ ਬਿਨਾਂ, ਮੈਂ ਇਗਜ਼ਾਮਪਲ ਦਿੰਦਾ, ਮੈਂ ਜਿੰਮ ਦੇ ਵਿੱਚ ਗਿਆ, ਉੱਥੇ ਛੋਟੇ ਛੋਟੇ ਮੁੰਡੇ 22-23 ਸਾਲ ਦੇ, ਉਹ ਬਾਹਰ ਖੜ੍ਹੇ ਰਹੇ ਅਤੇ 10 ਮਿੰਟ ਖੜ੍ਹੇ ਰਹੇ ਉਹ, ਮੈਂ ਯਾਰ ਤੁਹਾਨੂੰ ਕੀ ਗੱਲ ਆ, ਤੁਸੀਂ 10 ਮਿੰਟ ਹੋ ਗਏ ਜਿੰਮ 'ਚ ਆਇਆ ਨੂੰ, ਕਹਿੰਦੇ ਸਾਡਾ ਨਾ ਪ੍ਰੀ ਵਰਕਆਊਟ ਘਰ ਰਹਿ ਗਿਆ, ਅਤੇ ਉੱਥੋਂ ਹੀ ਮੁੜ ਗਏ ਉਹ, ਉਹਨਾਂ ਨੇ ਐਕਸਰਸਾਈਜ਼ ਨਹੀਂ ਲਾਈ, ਮੰਨ ਲਓ ਵੀ ਉਹਨਾਂ ਦੇ ਮਨ ਦੇ ਉੱਤੇ ਉਸ ਚੀਜ਼ ਦਾ ਇੰਨਾ ਅਸਰ ਹੈ ਵੀ ਸਾਡੇ ਕੋਲ ਪ੍ਰੀ ਵਰਕਆਊਟ ਹੈ ਨਹੀਂ ਗਾ, ਸਾਨੂੰ ਐਨਰਜੀ ਨਹੀਂ ਮਿਲਣੀ, ਅਸੀਂ ਐਕਸਰਸਾਈਜ਼ ਨਹੀਂ ਲਾ ਸਕਦੇ, ਆਪਾਂ ਹੁਣ ਕਿਹੜਾ ਪ੍ਰੀ ਵਰਕਆਊਟ ਪੀਤਾ ਕਿਸੇ ਨੇ, ਪੂਰਾ ਜੰਮ ਕੇ ਘੰਟਾ ਲਾਇਆ ਆਪਾਂ, ਹਰ ਰੋਜ਼ ਲਾਉਣੇ ਆ ਸਾਰੇ, ਵਧੀਆ ਮਿਹਨਤ ਲਾਉਣੇ ਆ ਤੁਸੀਂ, ਠੀਕ ਹੈ, ਇਹਨਾਂ ਗੱਲਾਂ ਦਾ ਖਿਆਲ ਰੱਖਿਓ, ਜਦੋਂ ਵੀ ਇੱਥੇ ਆਉਣੇ ਆ ਮਨ ਲਾ ਕੇ ਮਿਹਨਤ ਕਰਿਆ ਕਰੋ, ਡਿਸਟਰਬੈਂਸ ਨਾ ਕਰਿਆ ਕਰੋ ਇੱਕ ਦੂਜੇ ਨੂੰ, ਉਹ ਧੱਕੇ ਮੁੱਕੀ ਆਪਾਂ ਕਰਦੇ ਵੀ ਨਹੀਂ, ਵਧੀਆ ਸਾਰੇ ਤੁਸੀਂ ਬਹੁਤ ਵਧੀਆ ਹੈ ਜਿਹੜੇ ਇੱਥੇ ਆਉਣੇ ਆ, ਆਪਦੇ ਵਾਸਤੇ ਕਲੈਪਿੰਗ ਜ਼ਰੂਰ ਕਰ ਲਓ ਇੱਕ ਵਾਰੀ। ਤਾਂ ਮੇਰੇ ਕਹਿਣ ਦਾ ਮਤਲਬ ਹੈ ਸਿਹਤ ਇੱਕ ਇਹੋ ਜਿਹੀ ਚੀਜ਼ ਆ ਜਿਹਦੇ ਨਾਲ ਅਸੀਂ ਕਦੇ ਵੀ ਚੀਟਿੰਗ ਨਹੀਂ ਕਰ ਸਕਦੇ, ਚੀਟਿੰਗ ਕਰੋਗੇ ਤਾਂ ਤੁਹਾਡੀ ਆਪਦੇ ਆਪ ਨਾਲ ਹੋਣੀ ਹੈ, ਨਕਲ ਮਾਰਦੇ ਆ ਤੁਸੀਂ, ਨੰਬਰ ਲੈ ਜਾਂਦੇ ਆ, ਕੋਈ ਕਿਸੇ ਨਾਲ ਧੋਖਾ ਕਰਦਾ ਪੈਸਿਆਂ ਵਾਸਤੇ, ਕੋਈ ਬੰਦਾ ਕਿਸੇ ਨਾਲ ਪੈਸਿਆਂ ਦਾ ਫਰੋਡ ਕਰਦਾ ਪੈਸੇ ਕਮਾ ਲੈਂਦਾ, ਪਰ ਗਾਂਹ ਜਾ ਕੇ ਉਹ ਵੀ ਉਹਦੇ ਨੁਕਸਾਨ ਹੀ ਕਰਦੇ ਆ, ਇਵੇਂ ਜਿਹੜੀ ਸਿਹਤ ਹੈ ਜੇ ਤੁਸੀਂ ਇਹਦੇ 'ਤੇ ਮਿਹਨਤ ਨਹੀਂ ਕਰਦੇ, ਤੁਸੀਂ ਧਿਆਨ ਨਹੀਂ ਦਿੰਦੇ, ਤੁਹਾਡੇ ਆਪਦੇ ਆਪ ਨਾਲ ਹੀ ਚੀਟਿੰਗ ਹੈ, ਕਿਸੇ ਨਾਲ ਨਹੀਂ, ਤੁਹਾਡਾ ਨੁਕਸਾਨ ਹੋਣਾ, ਇਸ ਕਰਕੇ ਤੁਸੀਂ ਬਹੁਤ ਵਧੀਆ ਜਿਹੜੇ ਤੁਸੀਂ ਇੱਥੇ ਆਉਣੇ ਆ, ਨਾਲਦਿਆਂ ਨੂੰ ਹੋਰ ਜਿਹੜੇ ਹੈਗੇ ਉਹਨਾਂ ਨੂੰ ਮੋਟੀਵੇਟ ਕਰਿਆ ਕਰੋ ਵੀ ਉਹ ਵੀ ਇੱਥੇ ਆਉਣ, ਆਪਣੇ ਨਾਲ ਜੁੜਨ, ਉਹਨਾਂ ਨੂੰ ਦੱਸੋ ਵੀ ਇਹਦੇ ਕੀ ਫਾਇਦੇ ਆ, ਤੁਸੀਂ ਆਉਣੇ ਆ, ਤੁਸੀਂ ਫਿੱਟ ਆ, ਤੰਦਰੁਸਤ ਆ, ਵਧੀਆ, ਹੌਲੀ ਹੌਲੀ ਤੁਹਾਨੂੰ ਇਹਦੇ ਰਿਜ਼ਲਟ ਹੋਰ ਵਧੀਆ ਮਿਲਣਗੇ, ਠੀਕ ਹੈ। ਜਿਵੇਂ ਅੱਜ ਕੱਲ੍ਹ ਛੋਟੇ ਛੋਟੇ ਬੱਚਿਆਂ ਨੂੰ ਸ਼ੂਗਰ ਹੋਈ ਜਾਂਦਾ,
ਐਸਿਡ ਬਣੀ ਜਾਂਦਾ, ਐਸਿਡ ਦੀਆਂ ਗੋਲੀਆਂ ਛੋਟੇ ਛੋਟੇ ਜਵਾਕ ਖਾਈ ਜਾਂਦੇ ਆ। ਅੱਗੇ ਵੱਡਿਆਂ ਨੂੰ ਐਸਿਡ ਦਾ ਨਹੀਂ ਪਤਾ ਹੁੰਦਾ ਸੀਗਾ ਵੀ ਕੀ ਚੀਜ਼ ਆ। ਇੱਕ ਸੌਖਾ ਅਤੇ ਸਸਤਾ ਤਰੀਕਾ ਲੱਭ ਲਿਆ ਲੋਕਾਂ ਨੇ ਵੀ ਮਿਹਨਤ ਨਾ ਕਰਨੀ ਪਵੇ, ਗੋਲੀ ਲੈ ਲਓ। ਹਾਲਾਂਕਿ ਮੈਂ ਦੱਸਦਾ ਵੀ ਮੈਂ 47-48 ਸਾਲ ਦੀ ਉਮਰ ਹੋ ਗਈ, ਮੈਂ ਕਦੇ ਕਿਸੇ ਚੀਜ਼ ਦੀ ਗੋਲੀ ਨਹੀਂ ਲਈ ਅੱਜ ਤੱਕ। ਮਿਹਨਤ ਹੈ, ਮਿਹਨਤ ਲਾਓਗੇ ਤੁਹਾਨੂੰ ਕਿਸੇ ਗੋਲੀ ਦੀ ਲੋੜ ਹੀ ਨਹੀਂ ਪੈਣੀ, ਕਿਸੇ ਵੀ ਚੀਜ਼ ਦੀ, ਨਾ ਕਿਤੇ ਐਸਿਡ ਦੀ ਗੋਲੀ, ਨਾ ਕਿਤੇ ਅੱਜ ਕੱਲ੍ਹ ਜਿਹੜਾ ਚੱਲਦਾ ਗੋਡਿਆਂ ਦੀ ਕੋਈ ਪ੍ਰੋਬਲਮ ਨਹੀਂ ਹਜੇ ਤਾਈਂ। ਅੱਖਾਂ ਦੀ ਰੋਸ਼ਨੀ ਪੂਰੀ ਹੈ, ਕਿਉਂ ਪੂਰੀ ਹੈ? ਕਿਉਂਕਿ ਆਪਣੀ ਮਿਹਨਤ ਅਤੇ ਖੁਰਾਕ ਪੂਰੀ ਹੈ। ਰਾਤ ਨੂੰ ਐਂ ਨਹੀਂ ਹੈਗਾ ਵੀ ਫੋਨ ਲੈ ਕੇ 12 ਵਜੇ 'ਤੇ ਬੈਠੇ ਰਹੋ, ਕਿੰਨੇ ਬੱਚਿਆਂ ਦੀ ਨਿਗਾਹ ਘੱਟ ਜਾਂਦੀ ਹੈ। ਚਲੋ ਕੁਦਰਤੀ ਕਿਸੇ ਦੀ ਘੱਟ ਗਈ ਵੱਖਰੀ ਹੈ, ਪਰ ਕਈ ਵਾਰੀ ਇਹਨਾਂ ਚੀਜ਼ਾਂ ਦੇ ਇਫੈਕਟ ਵੀ ਆਉਂਦੇ ਆ। ਠੀਕ ਹੈ, ਹੁਣ ਆਪਦਾ ਟਾਈਮ ਤੁਸੀਂ ਸੰਭਾਲ ਲਓ, ਤੁਹਾਡੀ ਉਮਰ ਹੈ, ਨਸ਼ਿਆਂ 'ਤੇ ਲੱਗੇ ਜਾਂਦੇ ਨੌਜਵਾਨ, ਉਹਨਾਂ ਨੂੰ ਇੱਥੇ ਲਿਆਓ ਗਰਾਊਂਡ ਦੇ ਵਿੱਚ, ਉਹਨਾਂ ਨੂੰ ਪਤਾ ਲੱਗੇ ਵੀ ਮਿਹਨਤ ਦਾ ਮੁੱਲ ਕੀ ਹੁੰਦਾ, ਅਤੇ ਖਿੱਚ ਕੇ ਮਿਹਨਤ ਲਾਇਆ ਕਰੋ, ਮਨ ਲਾ ਕੇ, ਅਤੇ ਜ਼ਿਆਦਾ ਨਜ਼ਾਰਾ ਆਊਗਾ ਉਹਦਾ, ਜ਼ਿਆਦਾ ਸਰੂਰ ਹੋਊਗਾ। ਜਦੋਂ ਅਸੀਂ ਡਿਸਟਰਬ ਹੋ ਜਾਂਦੇ ਹਾਂ, ਇੱਧਰ ਉੱਧਰ ਦੇਖਣ ਲੱਗ ਜਾਂਦੇ ਹਾਂ, ਤਾਂ ਜਿਹੜੀ ਮਿਹਨਤ ਅਸੀਂ ਲਾ ਲੈਂਦੇ ਮਨ ਨਹੀਂ ਲੱਗਦਾ, ਜਦੋਂ ਮਨ ਨਹੀਂ ਲੱਗਦਾ ਫਿਰ ਸਵਾਦ ਨਹੀਂ ਆਉਂਦਾ। ਠੀਕ ਹੈ, ਥੈਂਕ ਯੂ, ਚਲੋ।